ਮੈਨੂੰ ਇਦਾਂ ਹੁੰਦਾ ਸੀਗਾ ਪਹਿਲਾਂ ਲੱਗਦਾ ਹੁੰਦਾ ਸੀ ਵੀ ਪੰਜਾਬ 'ਚ ਹੀ ਪ੍ਰੋਟੈਸਟ ਹੁੰਦੇ ਆ ਪਰ ਅੱਜ ਕੀ ਪਹਿਲੀ ਵਾਰੀ ਆਇਆ ਲੱਗਿਆ ਵੀ ਸਾਨੂੰ ਅਮਰੀਕਾ ਦੇ ਵਿੱਚ ਵੀ ਪ੍ਰੋਟੈਸਟ ਕਰਨਾ ਪਿਆ ਸਟੇਟ ਨੂੰ ਪਤਾ ਹੈ ਵੀ ਫ੍ਰਿਜਨੋ ਕਾਉਂਟੀ ਬਹੁਤ ਵੱਡੀ ਆ ਉਹ ਪ੍ਰੈਸ਼ਰ ਬਣਾਉਣਗੇ ਸਟੇਟ ਪ੍ਰੈਸ਼ਰ ਬਣਾਉਗੀ ਫ੍ਰਿਜਨੋ ਕਾਉਂਟੀ ਤੇ ਫੇਰ ਫ੍ਰਿਜਨੋ ਕਾਉਂਟੀ ਵਾਲੇ ਵੀ ਜਾਣਗੇ ਜੇ ਆਪਾਂ ਵਡੇਰੇਆਂ ਦੀ ਸਪੋਰਟ ਕਰਾਂਗੇ ਹੁਣ ਆਣ ਕੇ ਤਾਂ ਫੇਰ ਸਾਡੇ ਇਹ ਵੀ ਫ੍ਰਿਜਨੋ ਵਾਲਿਆਂ ਦੀ ਵੀ ਕਰਨਗੇ ਜਿਹਨੂੰ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸੈਕਰਮੈਂਟੋ ਦੇ ਵਿੱਚ ਕੈਪੀਟਲ ਬਿਲਡਿੰਗ ਦੇ ਬਾਹਰ ਫਾਰਮਰ ਪ੍ਰੋਟੈਸਟ ਤੋਂ ਆਪਾਂ ਰਿਪੋਰਟਿੰਗ ਕਰ ਰਹੇ ਹਾਂ ਤੇ ਆਪਣੇ ਨਾਲ ਕੁਝ ਹੋਰ ਪੰਜਾਬੀ ਫਾਰਮਰ ਤੇ ਜਕਾਰਾ ਮੂਵਮੈਂਟ ਤੋਂ ਨਨਦੀਪ ਸਿੰਘ ਇਹ ਸਾਰੇ ਜਣੇ ਜੁੜੇ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆ ਸਰਬਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਵੀ ਹੁੰਦਾ ਕੋਈ ਪ੍ਰੋਗਰਾਮ ਉੱਤੇ ਤੁਸੀਂ ਪੂਰੇ ਸਜੇ ਢੰਗ ਨਾਲ ਪੂਰੀ ਟੀ ਬਾਕੀ ਇੱਥੇ ਸਿਆਕਰਾ ਮੋਟੇ ਕੋਈ ਪਹੁੰਚੇ ਅੱਜ ਅਸੀਂ ਪ੍ਰੋਟੈਸਟ ਕਰਨ ਵਾਸਤੇ ਮੈਨੂੰ ਇਦਾਂ ਹੁੰਦਾ ਸੀਗਾ ਪਹਿਲਾਂ ਲੱਗਦਾ ਹੁੰਦਾ ਸੀ ਵੀ ਪੰਜਾਬ 'ਚ ਹੀ ਪ੍ਰੋਟੈਸਟ ਹੁੰਦੇ ਆ ਪਰ ਅੱਜ ਕੀ ਪਹਿਲੀ ਵਾਰੀ ਆਇਆ ਲੱਗਿਆ ਵੀ ਸਾਨੂੰ ਅਮਰੀਕਾ ਦੇ ਵਿੱਚ ਵੀ ਪ੍ਰੋਟੈਸਟ ਕਰਨਾ ਪਿਆ ਇੱਥੇ ਪਾਣੀ ਦੇ ਵਾਸਤੇ ਹੋ ਰਿਹਾ ਜੋ ਮਸਲਾ ਜਿਹੜਾ ਹੋਇਆ ਹੋਇਆ ਹਾਲ ਤੁਸੀਂ ਵੀ ਲੰਮੀ ਵਾਟ ਕਰਕੇ ਆਏ ਆ ਕਰਮਨ ਤੋਂ ਆਏ ਆ ਤਕਰੀਬਨ ਸਾਢੇ 3 ਘੰਟੇ ਲੱਗੇ ਹੋਣੇ ਆ ਇਹ ਤਾਂ ਬਹੁਤ ਜ਼ਰੂਰੀ ਸੀਗਾ ਘੰਟਿਆਂ ਦਾ ਮਤਲਬ ਤੇ ਇਦਾਂ ਹੁਣ ਦੇਖੋ ਆਪਾਂ ਜੇ ਹੁਣ ਨਾ ਵੀ ਫਾਰਮਰ ਹੁੰਦੇ ਤਾਂ ਵੀ ਆਉਣਾ ਸੀਗਾ ਕਿ ਉਹ ਇੱਥੇ ਆਪਾਂ ਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਗੱਲ ਤਾਂ ਫਾਰਮਰ ਤੋਂ ਸਾਰੀ ਸਟਾਰਟ ਹੁੰਦੀ ਆ ਉੱਪਰ ਤੱਕ ਜਿੰਨੇ bizness ਆ ਸਾਡੇ ਸਾਰੇ ਹੀ ਕਿ ਜਦੋਂ ਫ੍ਰਿਜਨੋ ਕਾਉਂਟੀ ਸਪੈਸ਼ਲੀ ਲਾ ਲਈ ਆਪਾਂ ਬੇਕਰ ਸਪੀਡ ਤੋਂ ਇੱਧਰ ਨੂੰ ਲਾ ਲਓ ਅਸੀਂ ਰੈਸਟੋ ਤੱਕ ਇਹ ਸਾਡੀ ਸਾਰੀ ਜਿਹੜੀ ਕਮਿਊਨਿਟੀ ਆ ਸੈਂਟਰ ਵਾਲੀ ਇਹ ਫਾਰਮਿੰਗ ਤੇ ਡਿਪੈਂਡ ਕਰਦੀ ਆ ਸਾਰੀ ਖੇਤੀਬਾੜੀ ਤੇ ਜੇ ਆਪਣੀ ਖੇਤੀਬਾੜੀ ਡਾਊਨ ਹੋ ਜੂਗੀ ਤੇ ਆਪਾਂ ਦਾ ਮਤਲਬ ਵੀ ਸਾਡਾ ਜਿਹੜਾ ਉਹ ਸ਼ਹਿਰ ਆ ਬਿਲਕੁਲ ਉਹ ਕਮਿਊਨਿਟੀ ਜਿਹੜੀ ਉਹ ਡਾਊਨ ਜਾਊਗੀ ਇਸ ਕਰਕੇ ਇੱਥੇ ਬਹੁਤ ਜ਼ਰੂਰੀ ਆ ਪਹੁੰਚਣਾ ਤੁਸੀਂ ਵੀ ਖੇਤੀਬਾੜੀ ਆਬਵੀਅਸਲੀ ਜਦ ਤੁਸੀਂ ਦੱਸਿਆ ਵੀ ਕਰਦੇ ਆ ਸੋ ਮਡੇਰੇ ਵਾਲਿਆਂ ਨੂੰ ਤਾਂ ਇਸ ਟਾਈਮ ਜਿਆਦਾ ਦਿੱਕਤ ਆ ਵੀ ਉਹਨਾਂ ਦੇ ਜਿਹੜੇ ਫੀਸ ਤੇ ਪੈਨਲਟੀਆਂ ਆ ਕੀ ਤੁਹਾਨੂੰ ਵੀ ਲੱਗਦਾ ਵੀ ਆਉਣ ਵਾਲੇ ਸਮੇਂ ਕਿਤੇ ਐਫ ਆਈ ਡੀ ਜਾਂ ਜਿਹੜੀ ਉੱਥੇ ਦੀਆਂ ਹੋਰ ਇਰੀਗੇਸ਼ਨ ਡਿਸਟ੍ਰਿਕਟਸ ਆ ਉਹ ਵੀ ਇਹ ਕਦਮ ਚੱਕ ਸਕਦੀਆਂ ਬਿਲਕੁਲ ਬਿਲਕੁਲ ਦੇਖੋ ਜੀ ਸਾਰਿਆਂ ਨੇ ਜੇ ਮਡੇਰੇਆਲ ਨੂੰ ਦੇਖਣਗੇ ਤਾਂ ਉਹ ਗਾਂ ਨੂੰ ਤਾਂ ਜਾਣਗੇ ਸਟੇਟ ਨੂੰ ਪਤਾ ਹੈ ਫ੍ਰੈਦਰੋ ਕਾਉਂਟੀ ਬਹੁਤ ਵੱਡੀ ਆ ਉਹ ਪ੍ਰੈਸ਼ਰ ਬਣਾਉਣਗੇ ਸਟੇਟ ਪ੍ਰੈਸ਼ਰ ਬਣਾਉਗੀ ਫ੍ਰੈਦਰੋ ਕਾਉਂਟੀ ਤੇ ਫਿਰ ਫ੍ਰੈਦਰੋ ਕਾਉਂਟੀ ਵਾਲੇ ਵੀ ਜਾਣਗੇ ਜੇ ਆਪਾਂ ਵਡੇਰੇ ਵਾਲਿਆਂ ਦੀ سپورਟ ਕਰਾਂਗੇ ਹੁਣ ਆਣ ਕੇ ਤਾਂ ਫਿਰ ਸਾਡੇ ਇਹ ਵੀ ਫ੍ਰਿਜਨੋ ਵਾਲਿਆਂ ਦੀ ਵੀ ਕਰਨਗੇ ਜ਼ਰੂਰ ਸੋ ਨਯਨਦੀਪ ਸਿੰਘ ਵੀ ਆਪਣੇ ਨਾਲ ਜੁੜੇ ਨੇ ਤੇ ਉਸ ਤੋਂ ਪਹਿਲਾਂ ਆਂਟੀ ਜੀ ਤੁਸੀਂ ਵੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਪਹੁੰਚੇ ਆ ਫਾਰਮਿੰਗ ਕਮਿਊਨਿਟੀ ਆ ਫਾਰਮਿੰਗ ਪਰਿਵਾਰ ਆ ਤੁਸੀਂ ਕੀ ਇਸ ਹਿਸਾਬ ਨੂੰ ਦੇਖਦੇ ਆ ਉਦਾਂ ਔਰਤਾਂ ਮੈਂ ਦੇਖਿਆ ਥੋੜੀਆ ਘਟਾਈ ਇਸ ਚੀਜ਼ ਤੋਂ ਤੁਹਾਨੂੰ ਵੀ ਥੋੜੀ ਨਿਰਾਸ਼ਾ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਸਾਰੇ ਤੋਂ ਪਹਿਲਾਂ ਆਉਂਦੀ ਨਹੀਂ ਇਹ ਹੀ ਦੇਖਿਆ ਤਾਂ ਮੈਨੂੰ ਕੋਈ ਦਿਸਦੀ ਨਹੀਂ ਲੈ ਜੀ ਸਪੈਸ਼ਲ ਪੰਜਾਬੀ ਤਾਂ ਕੋਈ ਨਹੀਂ ਕਿੰਨੇ ਕਿੰਨੇ ਆ ਜਾ ਆ ਜਾ ਕੋਈ ਨਾ ਮੈਂ ਉੱਤੇ ਪਿੱਛੇ ਥੋੜਾ ਕੱਢ ਕੇ ਤੇ ਆਉਣਾ ਚਾਹੀਦਾ ਸੀ ਵੱਧ ਤੋਂ ਵੱਧ ਆਉਣਾ ਚਾਹੀਦਾ ਸੀ ਮੇਲੇ ਆ ਤੇ ਤਾਂ ਆਪਾਂ ਸਾਰੇ ਬਹੁਤ ਚੱਲੇ ਜਾਂਦੇ ਆ ਪਰ ਇਦਾਂ ਦੇ 20 ਸਨਤ ਸਨ ਆਉਣਾ ਚਾਹੀਦਾ ਸਾਰਿਆਂ ਨੂੰ ਨਾ ਸੋ ਸੋ ਨੰਦੀਪ ਪਹਿਲਾਂ ਤੋਂ ਜੀਐਨਓ ਸਸਸੀਕਾਲ ਤੋਂ ਜਕਾਰਾ ਵਾਲੇ ਵੀ ਅੱਜ ਇਨ੍ਹਾਂ ਫਾਰਮਰਸ ਦੇ ਨਾਲ ਆਏ ਆ ਗੱਲਬਾਤ ਜਿਹੜੀ ਉਹ ਕਰ ਰਹੇ ਆ ਸੋ ਤੁਸੀਂ ਇਸ ਇਸ਼ੂ ਨੂੰ ਕਿਦਾਂ ਦੇਖਦੇ ਆ ਤੁਸੀਂ ਵੀ ਕਦੀ ਕਦੀ ਇਸ ਬਿਲਡਿੰਗ ਦੇ ਅੰਦਰ ਹੁੰਦੇ ਆ ਕਿਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਜਦੋਂ ਫਾਰਮਿੰਗ ਨੂੰ ਲੈ ਕੇ ਗੱਲਾਂ ਚੱਲਦੀਆਂ ਸਭ ਤੋਂ ਪਹਿਲਾਂ ਸਾਰੀ ਪੰਜਾਬੀ ਰੇਡੀਓ ਦੀ ਲਿਸਨਰ ਵੀਗੁਰਜੀ ਕਾ ਖਾਲਸਾ ਵੀਗੁਰਜੀ ਕੀ ਫਤਿਹ ਬਿਲਕੁਲ ਜੀ ਸੋ ਜਿਵੇਂ ਆਬਵੀਸਲੀ ਸਾਡੀ ਮੈਂਬਰਸ ਮਤਲਬ ਉਹਨਾਂ ਦੀ ਵੀ ਫਾਰਮਿੰਗ ਫੈਮਲੀਆਂ ਤੋਂ ਆਇਆ ਮਤਲਬ ਸਾਡੀ ਵੀਨ ਜਿਹੜੀ ਕਾਈਂਡ ਆ ਮੇਨ ਸਪੋਰਟਰਸ ਉਹ ਵੀ ਮਤਲਬ ਉਸ ਪਰਵਾਰਾ ਤੋਂ ਨੇ ਆ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਆਈ ਥਿੰਕ ਸੋ ਹਾਂਜੀ ਸੋ ਕਈ ਕਈ ਟਾਈਮਸ ਪਹਿਲਾਂ ਅਸੀਂ ਮਤਲਬ ਆ ਚੁੱਕਾ ਹਾਂ ਮਤਲਬ ਇੱਥੇ ਕੈਪੇਬਿਲਿਟੀ ਖਾਸ ਕਰਕੇ ਪੰਜਾਬੀ ਜ਼ਬਾਨ ਲਈ ਪੰਜਾਬੀ ਲੈਂਗੁਏਜ ਲਈ ਅਮ ਤੇ ਸਾਨੂੰ बस ਥੋੜੀ ਜਿਹੀ ਸਟ੍ਰੈਟਜੀ ਹੋਣਾ ਹੀ ਚਾਹੀਦਾ ਤੇ ਆਈ نو ਜਿਹੜੀ ਜਿਹੜੀ ਵਿਦਵਾਨ ਹੈਗੇ ਨੇ ਉਹ ਸਟ੍ਰੈਟਜੀਸ ਬਣਾ ਰਹੇ ਨੇ ਪਰ ਜਿਵੇਂ ਸਰਪਜੀਤ ਅੰਕਲ ਨੇ ਹੁਣੇ ਕਾ ਕੇ ਅਟੇ ਕੀ ਸ਼ੁਰੂ ਦੇ ਵਿੱਚ ਮਤਲਬ ਆਪਾਂ ਇੱਕ ਸਟ੍ਰੈਟਜੀ ਸਾਨੂੰ ਚਾਹੀਦਾ ਹੈ ਬਡੇਰੇ ਕਾਉਂਟੀ ਦੇ ਵਿੱਚ ਜੇ ਤੁਸੀਂ ਉਥੇ ਤੁਸੀਂ ਇਸ ਚੀਜ਼ ਨੂੰ ਹਟਾ ਸਕਦੇ ਜਿਹੜੇ ਵਾਦਾ ਹੋ ਰਿਹਾ ਟੈਕਸ ਨੂੰ ਫੀਜ਼ ਦਾ ਹਾਂਜੀ ਫਿਰ ਤਾਂ ਬਾਕੀ ਸਾਰੀ ਕਮਿਊਨਿਟੀਜ਼ ਬਾਕੀ ਸਾਰੀ ਕਾਉਂਟੀਆਂ ਉਥੇ ਦੇਖਣਗੇ ਤੇ ਜਿਹੜੀ ਬੋਰਡ ਆ ਸੁਪਰਵਾਈਜ਼ਰ ਉਹ ਵੀ ਨਹੀਂ ਕਰਨਗੇ ਸੋ ਬਿਲਕੁਲ ਸੋ ਫਾਰਮਿੰਗ ਦੇ ਜਿੱਦਾਂ ਸਰਪ ਜੀ ਨੇ ਦੱਸਿਆ ਵੀ ਧਰਤੀ ਚੋਂ ਜਦੋਂ ਅੰਨ ਪੈਦਾ ਹੁੰਦਾ ਉਸ ਤੋਂ ਬਾਅਦ ਦੀ ਜਿਹੜੀਆਂ ਬਾਕੀ ਦੀ ਇੰਡਸਟਰੀਜ਼ ਆ ਉਹ ਜਿਹੜੀਆਂ ਉਹ ਚੱਲਦੀਆਂ ਜੇ ਉਹ ਹੀ ਠੱਪ ਹੋ ਜਾਊਗਾ ਤਾਂ ਸਾਰਾ ਕੰਮ ਜਿਹੜਾ ਉਹ ਠੱਪ ਹੋ ਜਾਊਗਾ ਆਪਣੇ ਬਹੁਤ ਸਾਰੇ ਲੋਕ ਫਾਰਮਰ ਹੋਣ ਦੇ ਨਾਲ ਨਾਲ ਫਾਰਮ ਵਰਕਰ ਵੀ ਆ ਸੋ ਉਹਨਾਂ ਦੇ ਉੱਤੇ ਵੀ ਬਹੁਤ ਭੜਾ ਸੱਟੂ ਬਿਲਕੁਲ ਸੋ ਇਹ ਆਈ ਥਿੰਕ ਇਹ ਜਿਹੜੀ ਰਿਲੇਸ਼ਨਸ਼ਿਪ ਜਿਹੜੀ ਫਾਰਮਰਸ ਤੇ ਫਾਰਮ ਵਰਕਰਸ ਇਹ ਬਹੁਤ ਜ਼ਰੂਰੀ ਆ ਜਿੱਦਾਂ ਬਹੁਤ ਦੇਖਿਆ ਸੀ ਕਿਸਾਨ ਮਜ਼ਦੂਰ ਏਕਤਾ ਜਿਹੜੀ ਗੱਲ ਹੁੰਦੀ ਸੀ ਬਿਲਕੁਲ ਸੋ ਜਿਵੇਂ ਮੇਬੀ ਮਹੀਨੇ ਦੋ ਮਹੀਨੇ ਪਹਿਲਾਂ ਦੀ ਗੱਲ ਹੈ ਜਿਹੜੇ UFW ਉਹਨਾਂ ਨੇ ਮਤਲਬ ਇੱਕ ਪ੍ਰੋਟੈਸਟ ਕੀਤਾ ਸੀ ਫਾਰਮ ਵਰਕਰਸ ਆਈ نو ਬਹੁਤ ساری ਸਾਡੀ ਪੰਜਾਬੀ ਫਾਰਮਰਸ ਉਹਨਾਂ ਨੇ ਵੀ ਹਿੱਸਾ ਲਿਆ ਉਸ ਉਸ ਪ੍ਰੋਟੈਸਟ ਦੇ ਵਿੱਚ ਤੇ ਇਹ ਵੀ ਜਿਹੜੀ ਰਿਲੇਸ਼ਨਸ਼ਿਪ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਕੱਲੇ ਪੰਜਾਬੀ ਆਣਗੇ ਉਹਦੇ ਨਾਲ ਕੁਝ ਨਹੀਂ ਹੋਣਾ ਯੂ ਨੀਡ ਅ ਕਾਈਂਡ ਆ ਮਲਟੀiracial ਮਲਟੀਕਲਚਰਲ ਮਤਲਬ ਤੁਹਾਨੂੰ ਕੋਅਲੀਸ਼ਨ ਤੁਹਾਨੂੰ ਲੋੜ ਹੈ ਸੋ ਥੈਂਕ ਯੂ ਥੈਂਕ ਯੂ ਸੋ ਇਸ ਹਨ ਨੰਦੀਪ ਸਿੰਘ ਜੀ ਸਰਬਜੀਤ ਸਿੰਘ ਜੀ ਸੋਜਨ ਨਾਲ ਆਪਾਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਾਂ ਦੇ ਨਾਲ ਇਸ਼ਾਨਜ ਪਾਈ ਇਸ ਫਾਰਮਰ ਪ੍ਰੋਟੈਸਟੋਸ ਨੂੰ ਲੈ ਕੇ ਗੱਲਬਾਤ ਨੂੰ ਅੱਗੇ ਹੋਰ ਹੋਰ ਬਾਕੀਆਂ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਸਿਕਾ